ਗੁਰਦਾਸਪੁਰ ਦੇ ਪਿੰਡ ਕੋਟਲੀ ਹਰਚੰਦਾ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 85 ਸਾਲਾਂ ਉਮਰ ਦੀ ਬਜ਼ੁਰਗ ਔਰਤ ਗੁਰਦੀਪ ਕੌਰ ਨਾਮ ਦੀ ਇੱਕ ਦਰਿੰਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਅਤੇ ਕਤਲ ਕਰਨ ਤੋਂ ਪਹਿਲਾਂ ਬਲਤਕਾਰ ਜਿਹੀ ਘਿਨੌਣੀ ਹਰਕਤ ਨੂੰ ਵੀ ਅੰਜਾਮ ਦਿੱਤਾ ਗਿਆ। ਪਿੰਡ ਕੋਟਲੀ ਹਰਚੰਦਾ ਬਜ਼ੁਰਗ ਔਰਤ 84 ਸਾਲ ਉਮਰ ਦੀ ਗੁਰਦੀਪ ਕੌਰ ਅਤੇ ਉਹਦਾ ਗਲਾ ਘੁੱਟ ਕੇ ਰੇਪ ਕਰਕੇ ਅਤੇ ਉਹਨੂੰ ਬਈਏ ਲੱਗੇ ਰਹਿੰਦੇ ਸੀ। ਬਈਆਂ ਨੇ ਸ਼ਰਾਬ ਪੀ ਕੇ ਅਤੇ ਰਾਤ ਦੇ ਕੰਮ ਕਰਤਾ, ਉਹਨੂੰ ਅਰੈਸਟ ਕਰ ਲਿਆ ਬਈਏ ਨੇ, ਪਰਚਾ ਦੇ ਕੇ ਅਤੇ ਅਦਾਲਤ ਭੇਜ ਦਿੱਤਾ ਜੀ। ਕਹਿੰਦੇ ਇਹ 10 ਜਣੇ ਇਕੱਠੇ ਵਿੱਚੋਂ ਇੱਕ ਜਣਾ ਜਿਹੜੇ ਕੀਤਾ ਕਰ ਸਾਡੀ ਮਾਤਾ ਸੀ ਨਾ ਗੁਰਦੀਪ ਕੌਰ ਸੀਗਾ, 84 ਸਾਲਾਂ ਦੀ ਉਮਰ ਸੀ ਭਾਈ। ਬੀਤੀ ਰਾਤ ਸਾਡੇ ਗੁਆਂਢ ਬਈਏ ਰਹਿੰਦੇ ਸੀ, ਬਈਆਂ ਨੇ ਨਾਲੇ ਤਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲੇ ਗਲਾ ਘੁੱਟ ਕੇ ਇਹਨਾਂ ਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ 'ਚ ਸਵੇਰੇ ਸਾਨੂੰ ਪਤਾ ਜਦੋਂ ਲੱਗਾ, ਆਪਾਂ ਪੁਲਿਸ ਨੂੰ ਤਲਾਹ ਦਿੱਤੀ, ਪੁਲਿਸ ਨੇ ਆਪਣੀ ਕਾਰਵਾਈ ਕੀਤੀ, ਠੀਕ ਹੈ ਜੀ। ਬਈਆਂ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਰਹਿੰਦੇ ਆ ਉਹਨਾਂ 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਹੜੇ ਲਾਗੇ ਸਾਗੇ ਰਹਿੰਦੇ ਆ ਉਹਨਾਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਆ, ਕਿਉਂਕਿ ਕੱਲ੍ਹ ਨੂੰ ਕਿਸੇ ਦੀਆਂ ਮੁੜ ਕੇ ਧੀਆਂ ਭੈਣਾਂ ਜਾਂ ਕਿਸੇ ਨੂੰ ਇਹ ਪ੍ਰੋਬਲਮ ਨਾ ਆਵੇ। ਭਾਅ ਜੀ ਅਸੀਂ ਸਾਨੂੰ ਤਾਂ ਸਵੇਰੇ ਪਤਾ ਲੱਗਾ ਜੀ, ਜਦੋਂ ਸਾਡੇ ਬੱਚੇ ਭਰਾ ਮਰਦੇ ਬੱਚੇ ਮਾਤਾ ਨੂੰ ਸਾਲਣ ਵਾਸਤੇ ਗਏ, ਫਿਰ ਦੇਖਿਆ ਉਹਨਾਂ ਨੇ ਜੀ ਮਾਤਾ ਇਕੱਲੇ ਰਹਿੰਦੇ ਸੀ ਜੀ, ਗਲਾ ਘੁੱਟ ਕੇ ਮਾਤਾ ਨੂੰ ਮਾਤਾ ਦੇ ਸੋਲ ਦੇ ਨਾਲ ਹੀ ਗਲਾ ਘੁੱਟ ਕੇ ਮਾਰ ਦਿੱਤਾ।